ਫਾਜ਼ਿਲਕਾ 'ਚ ਯੂਥ ਕਾਂਗਰਸ ਦੇ ਪ੍ਰਧਾਨ ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰੂਬੀ ਗਿੱਲ ਤੇ ਅਣਪਛਾਤਿਆਂ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰੂਬੀ ਗਿੱਲ ਫਾਜ਼ਿਲਕਾ ਵਿੱਚ ਆਪਣੀ ਇਨੋਵਾ ਗੱਡੀ ਤੇ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਘਰ ਜਾ ਰਹੇ ਸਨ, ਤਾਂ ਇਸੇ ਦੌਰਾਨ ਹੀ ਉਹ ਆਪਣੇ ਕੰਧ ਵਾਲਾ ਹਾਜ਼ਰ ਖਾਂ ਪਿੰਡ ਦੇ ਕੋਲ ਜਦ ਪਹੁੰਚੇ ਤਾਂ ਕੁਝ ਅਣਪਛਾਤੇ ਲੋਕਾਂ ਨੇ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਚੰਗੀ ਗੱਲ ਇਹ ਰਹੀ ਹੈ ਕਿ ਇਸੇ ਦੌਰਾਨ ਰੂਬੀ ਗਿੱਲ ਵਾਲ-ਵਾਲ ਬਚ ਗਏ। इस सारे मामले ते रूबी गिल ने जानकारी दिंदिया दस्या है कि उन्होंने किसी नाल भी कोई निजी दुश्मनी नहीं है। इसके बावजूद अज उन्होंने जानलेवा हमला किया गया है। उन्होंने कहा है हमलावर की गिनती 5 तो 6 सी। कल रात में किसी कामकार के लिए असी सुबह दे असी वैसे निकले हुए सीगे अपने कामा कर जाने के लिए। जिले का फाजिलका यूथ कांग्रेस का प्रधान शाम को आते टाइम की गल है, तकरीबन 11 बजे के करीब ਅਸੀਂ ਮੈਂ ਤਾਂ ਘਰ ਤੋਂ 2 ਕਿਲੋਮੀਟਰ ਪਿੱਛੇ ਸੀਗਾ। ਅਚਨਚੇਤ ਜਿਹੜੀ ਫਾਇਰਿੰਗ ਹੋਣ ਲੱਗ ਪਈ, ਜਿਹੜਾ ਗੱਡੀ ਦਾ ਸੰਤੁਲਨ ਵੀ ਵਿਗੜ ਗਿਆ, ਸਾਨੂੰ ਕੋਈ ਸਮਝ ਨਾ ਆਈ ਅਤੇ ਬੜੀ ਮੁਸ਼ਕਿਲ ਦੇ ਨਾਲ ਅਸੀਂ ਆਪਦੀ ਉੱਥੋਂ ਜਾਨ ਬਚਾ ਕੇ ਜਿਹੜਾ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ। ਲੇਕਿਨ ਉਹਨਾਂ ਵੱਲੋਂ ਕੋਈ ਕਸਰ ਛੱਡੀ ਨਹੀਂ ਗਈ ਸੀਗੀ। ਪ੍ਰਸ਼ਾਸਨ ਮਦਦ ਕਰ ਰਿਹਾ, SSP ਸਾਹਿਬ ਬੜੇ ਵਧੀਆ ਅਫਸਰ ਨੇ, ਇਮਾਨਦਾਰ ਅਫਸਰ ਨੇ, ਉਹ ਤਹਿਕੀਕਾਤ ਕਰ ਰਹੇ ਆ ਅਤੇ ਜਲਦੀ ਜਿਹੜੇ ਦੋਸ਼ੀ ਨੇ ਉਮੀਦ ਕਰਦਾ ਫੜੇ ਜਾਣਗੇ, ਉਹਨਾਂ ਨੂੰ ਸਜ਼ਾ ਮਿਲੂਗੀ। ਕੋਈ ਜ਼ਿਆਦਾ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਇਹੋ ਜਿਹੀ ਚੀਜ਼ ਤਾਂ ਨਹੀਂ ਸੀ, ਪਰ ਜਿੰਦੀ ਵੀ ਕੋਈ ਮੇਰੇ ਨਾਲ ਰੰਜੀ ਸੀ। ਮੇਰਾ ਤਾਂ ਉਹਨੇ ਤੱਕ ਇਹੋ ਸੁਨੇਹਾ ਵੀ ਉਹਨੂੰ ਮੇਰੇ ਨਾਲ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਸੀ, ਕਿਉਂਕਿ ਹੁਣ ਜਿਹੜਾ ਕਾਨੂੰਨ ਦਾ ਸ਼ਿਕੰਜਾ ਉਹਦੇ ਤੱਕ ਜ਼ਰੂਰ ਜਾਊਗਾ। ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਦਮ ਨਹੀਂ ਚੱਕਣਾ ਚਾਹੀਦਾ ਸੀ, ਜਿਹੜਾ ਬੜਾ ਸ਼ਰਮਨਾਕ ਕਦਮ ਹੈ। ਅਤੇ ਮੈਂ ਉਮੀਦ ਕਰਦਾ ਕਿ ਜਲਦੀ ਇਹਨਾਂ ਲੋਕਾਂ ਨੂੰ ਸਜ਼ਾ ਮਿਲੂਗੀ ਅਤੇ ਮੁਲਜ਼ਮ ਤੱਕ ਪਹੁੰਚਣ 'ਚ ਪ੍ਰਸ਼ਾਸਨ ਕੰਮ ਕਰੇਗਾ। ਗਿੱਲ ਸਾਹਿਬ, ਜਿਨ੍ਹਾਂ ਨੇ ਤੁਹਾਡੇ 'ਤੇ ਅਟੈਕ ਕੀਤਾ ਉਹਨਾਂ ਦੇ ਨਕਾਬ ਪਹਿਨੇ ਹੋਏ ਸੀਗੇ, ਬਿਨਾਂ ਨਕਾਬ ਤੋਂ ਸੀਗੇ ਜੀ? ਬਿਲਕੁਲ, ਨਕਾਬ ਪਹਿਨੇ ਸੀਗੇ। ਜ਼ਿਆਦਾ ਅਸੀਂ ਦੇਖ ਤਾਂ ਨਹੀਂ ਪਾਏ ਕਿ ਮੇਰੇ ਨਾਲ ਦੇ ਸਾਥੀ ਨਹੀਂ ਦੇਖਿਆ, ਮੇਰਾ ਮੋਬਾਈਲ ਦੇ ਵਿੱਚ ਧਿਆਨ ਸੀਗਾ, ਮੈਂ ਜ਼ਿਆਦਾ ਦੇਖ ਨਹੀਂ ਸਕਿਆ। ਜਿੱਦਾਂ ਇੱਕ ਹੁੰਦੀ ਫਾਇਰਿੰਗ ਕੀਤੀ ਅਤੇ ਉਸੇ ਵੇਲੇ ਅਸੀਂ ਗੱਡੀ ਦੇ ਥੱਲੇ ਇੱਦਾਂ ਬੈਠੇ ਅਤੇ ਫਿਰ ਦੁਬਾਰਾ ਫਾਇਰ ਕੀਤਾ। ਤਕਰੀਬਨ 4-5 ਫਾਇਰ ਤਾਂ ਗੱਡੀ ਦੇ ਵਿੱਚ ਹੀ ਵੱਜੇ ਆ, ਸ਼ਾਇਦ ਜ਼ਿਆਦਾ ਵੀ ਕੀਤੇ ਹੋ ਜਾ ਸਕਦੇ ਆ। ਕੋਈ ਪਤਾ ਨਹੀਂ ਕਿੰਨੇ ਲੋਕ ਸੀ, ਕਿੰਨੀ ਗਿਣਤੀ ਸੀ, ਪਰ ਸਾਡੀ ਸਮਝ ਮੁਤਾਬਕ ਸਾਨੂੰ ਲੱਗ ਰਿਹਾ ਵੀ 2 ਤੋਂ ਵੱਧ ਬੰਦੇ ਸੀਗੇ। ਜਿਨ੍ਹਾਂ ਨੇ ਫਾਇਰ ਕੀਤੇ, ਇਹ ਫਰੰਟ ਤੋਂ ਆ ਕੇ ਫਾਇਰ ਕੀਤੇ ਜੀ? ਉੱਥੇ ਨਾ ਸਾਈਡ 'ਤੇ ਇੱਕ ਚੌਂਕ ਬਣ ਜਾਂਦਾ ਜੀ, ਉੱਥੇ 2 ਪਿੰਡਾਂ ਨੂੰ ਸੜਕ ਜਾਂਦੀ, ਇਸਲਾਮ ਵਾਲਾ, ਟਾਲੀ ਵਾਲਾ ਜੱਟਾਂ ਅਤੇ ਕੰਧ ਵਾਲਾ, ਅਤੇ ਇੱਕ ਕੱਚਾ ਰਾਹ ਕਮਾਲ ਵਾਲੇ ਨੂੰ ਨਿਕਲਦਾ, 4 ਸੜਕਾਂ ਨਿਕਲਦੀ। ਉੱਥੇ ਮਤਲਬ ਕਾਫੀ ਲੁੱਕ ਬਣੀ ਹੋਈ ਆ, ਕਾਫੀ ਜਿੱਦਾਂ ਮਿੱਟੀ ਵਗੈਰਾ ਪਈ ਹੈ, ਅਤੇ ਉਹ ਮਿੱਟੀ ਦੇ ਪਿੱਛੇ ਲੁੱਕ ਕੇ ਸਾਨੂੰ ਲੱਗਾ ਵੀ ਉੱਥੋਂ ਜਿਹੜੇ ਫਾਇਰ ਆਏ ਆ। ਗੱਡੀ ਵਿੱਚ ਤੁਸੀਂ ਕਿੰਨੇ ਜਾਣੇ ਸੀ ਟੋਟਲ? ਗੱਡੀ 3 ਜਾਣੇ ਸੀ। ਅਤੇ ਡਰਾਈਵ ਕੌਣ ਕਰ ਰਿਹਾ ਸੀਗਾ ਜੀ? ਡਰਾਈਵ ਮੇਰੇ ਤਾਏ ਦਾ ਮੁੰਡਾ ਗੁਰਵਿੰਦਰ ਸਿੰਘ ਡਰਾਈਵ ਕਰ ਰਿਹਾ ਸੀਗਾ, ਮੈਂ ਫਰੰਟ ਸੀਟ 'ਤੇ ਬੈਠਾ ਸੀ। ਬਾਕੀ ਸਭ ਸਿਹਤਯਾਬ ਆ ਜੀ? ਹਾਂ, ਠੀਕ ਆ ਜੀ। ਕੋਈ ਮੇਰੇ ਵੀ ਥੋੜ੍ਹੀ ਜਿਹੀ ਬਾਂਹ 'ਤੇ ਕੱਚ ਲੱਗਾ, ਪਰ ਕੋਈ ਖਾਸ ਜ਼ਿਆਦਾ ਸੱਟ ਨਹੀਂ, ਪਰਮਾਤਮਾ ਨੇ ਜਾਨੀ ਜਿਹੜਾ ਨੁਕਸਾਨ ਨਹੀਂ ਹੋਣ ਦਿੱਤਾ, ਬਚਤ ਰਹੀ ਹੈ। ਪਰ ਉਹਨਾਂ ਦਾ ਇਰਾਦਾ ਜਿਹੜਾ ਉਹ ਗਲਤੀ ਸੀਗਾ, ਉਹ ਨਜ਼ਰ ਆ ਹੀ ਰਿਹਾ ਸਾਫ਼, ਕਿਉਂਕਿ ਹਾਂਜੀ ਸਾਨੂੰ ਰਾਤ 11 ਵਜੇ ਰਿਪੋਰਟ ਮਿਲੀ ਸੀ, ਫੋਨ ਆਇਆ ਸੀ ਕਿ ਉਹਨਾਂ 'ਤੇ ਫਾਇਰਿੰਗ ਹੋਈ ਹੈ। ਅਸੀਂ ਮੌਕੇ 'ਤੇ ਪੁੱਜ ਕੇ ਜਿਹੜੀ ਹੈ ਕਾਰਵਾਈ ਕੀਤੀ ਹੈ। ਦੋਸ਼ੀਆਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਨਨਾਊਨ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 141 ਅੰਡਰ ਸੈਕਸ਼ਨ 307 427 34 IPC ਦਰਜ ਰਜਿਸਟਰ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ। ਸਰ, ਕੋਈ ਪਤਾ ਲੱਗਿਆ ਕਿੰਨੇ ਬੰਦੇ ਸੀ ਹਮਲਾਵਰ? ਕੋਈ 3-4 ਆਦਮੀ ਹੋਣੇ ਚਾਹੀਦੇ ਹੈ, ਬਾਕੀ ਕੁਛ ਇਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਅਜੇ ਤੱਕ। ਕਿੰਨੇ ਕੁ ਰਾਊਂਡ ਫਾਇਰ ਹੋਏ ਜੀ ਉੱਥੇ? ਦੱਸਣ ਮੁਤਾਬਕ 6-7 ਰਾਊਂਡ ਫਾਇਰ ਹੋਏ। ਥੈਂਕ ਯੂ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।